ਤਾਂ ਤੇਰਾ ਸੰਗ ਕੀਤਾ ਸਾਂਵਲੇ ਰੰਗ ਤੇਰੇ ਮਾਂ ਜਾਨੀ ਮਲੰਗ ਕੀਤਾ ਜਿੰਦਾ ਹਵਾ ਦੀ ਫੋਨ ਕਿਤੇ ਦਫਾ ਸਾ ਕਿੰਦਾ ਤਾਂ ਉਸ ਦੇ ਨਾਲ ਇਹ ਦੱਸਣ ਜੁਲੋ ਕਿ ਬਲਦਿਆਤੀ ਹਵਾਦ ਨੇ ਬਾਰੇ ਕੀ ਹੈ ਕੁਝ ਸਾਡੇ ਨਾਜ਼ਰੀਨ ਨੂੰ ਨਹੀਂ ਪਤਾ ਬਲਦਿਆਤੀ ਹਵਾਦ ਕਿਆ ਹੋਣੇ ਆ ਨਾਲ ਇਹ ਵੀ ਦੱਸਣ ਜੁਲੋ ਕਿ ਬਲਦਿਆਤੀ ਹਵਾਦ ਕਿਆ ਹੋਣੇ ਆ ਤੇ ਨਾਲ ਉਸਨੂੰ ਕਿੰਦਾ ਫਸ ਨਹੀਂ ਸਾ ਕਿੰਦਾ ਮੈਂ ਤਰਾ ਦਫਾ ਬਲਦਿਆਤੀ ਇਲੈਕਸ਼ਨ ਲੜਿਆ ਹਾਂ ਚੇਅਰਮੈਨ ਵੀ ਬਣਿਆ ਹਾਂ ਬਲਦਿਆਤੀ ਇਲੈਕਸ਼ਨ ਨਾਲ ਇਹ ਹੋਣਾ ਕਿ ਜਿਹੜੀ ਲੀਡਰਸ਼ਿਪ ਹੀ ਇਹ ਬਲਦਿਆਤੀ ਨੁਮਾਇੰਦਿਆਂ ਤੋਂ ਜਿਹੜੀ ਆ ਨਾ ਉਹ ਪੈਦਾ ਹੋਣੀ ਹਰ ਵੇਲੇ ਕੋਲੋਂ ਵੇ ਹੋ ਸਾਂਵਲਾ ਰੰਗ ਹਾਂਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕੁਮ ਅੱਲਾਹ ਪਾਕ ਨੇ ਫਜ਼ਲ ਕਰਮ ਸ਼ੁਕਰ ਔਰ ਰਹਿਮਤ ਨਾਲ ਅੱਜ ਨੇ ਵੀਡੀਓ ਨਾਲ ਆਗਾਜ਼ ਕਰਨੇ ਆ ਹਾਂਜੀ ਬਿਲਕੁਲ ਜੀ ਅੱਜ ਅਸਾਂ ਇੱਕ ਖੂਬਸੂਰਤ ਇਲਾਕੇ ਦੇ ਅੰਦਰ ਮੌਜੂਦ ਹਾਂ ਜਿਸੀ ਚੋਚ ਆਖਿਆ ਜਾਣਾ ਬਾਕੀ ਅੱਜ ਅਸਾਂ ਇੱਥੇ ਆਏ ਹਾਂ ਅਸਾਂ ਕੀ ਇੰਗਲੈਂਡ ਸੀ ਸਾਡੇ ਭਾਈ ਇਹ ਜਨਾਬ ਰਾਜਾ ਕੈਸਰ ਜਿਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਜਨਾਬ ਤੁਸੀਂ ਜੋ ਸਾਡੇ ਘਰ ਇਹ ਸਾਡੇ ਕਰਾਇਣ ਡਰੋਨ ਵੀਡੀਓ ਬਣਾਓ ਉਹਨਾਂ ਨੇ ਕਰਾਇਣੀ ਸਾਨੂੰ ਡਰੋਨ ਵੀਡੀਓ ਬਣਾਈ ਹੈ ਬਾਕੀ ਉਹਨਾਂ ਨੇ ਵਾਲਦ ਸਾਹਿਬ ਜਨਾਬ ਰਾਜਾ ਅਬਦੁਲ ਕਯੂਮ ਸਾਹਿਬ ਸਾਡੇ ਨਾਲ ਮੌਜੂਦ ਹਨ ਚੇਅਰਮੈਨ ਵੀ ਇੱਥੇ ਨੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਾਂ ਬਾਕੀ ਖੂਬਸੂਰਤ ਇਲਾਕਾ ਇਸ ਲਈ ਤੁਸੀਂ ਵੀਡੀਓ ਬਣਾਈ ਹੈ ਬਾਕੀ ਤੁਸੀਂ ਉਮੀਦ ਕਿ ਵੀਡੀਓ ਪਸੰਦ ਸੀ ਚੈਨਲ ਪਰ ਨਵੇਂ ਪੈਣਾ ਪਰ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਕੀ ਸ਼ੇਅਰ ਕਰ ਦਿਓ ਤਾਂ ਘੰਟੀ ਨੇ ਬਟਨ ਹੀ ਦੱਬੀ ਉੱਠੋ ਪਹਿਲਾਂ ਤੁਹਾਨੂੰ ਤੱਕੋ ਕੁਝ ਡਰੋਨ ਨੇ ਕਲਿੱਪ ਡਰੋਨ ਦੀ ਵੀਡੀਓ ਤੱਕ ਤਾਂ ਇੰਜੋਏ ਕਰੋ ਇਨਸ਼ਾਅੱਲਾ ਅੱਗਾ ਜੁਲੇ ਹਾਂ ਤਾਂ ਫਿਰ ਇਹਨਾਂ ਨਾਲ ਗੱਲਬਾਤ ਕਰ ਸ਼ਹਿਰ ਨਾ
ਹਾਂਜੀ ਬਿਲਕੁਲ ਜੀ, ਇਸ ਵਕਤ ਚਰਮੇਨ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਨੇ ਆ, ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਸੀਂ ਮੁਸਾ ਜੀ ਆਪਣਾ ਤਾਰਫ ਕਰਾਸਨ ਬਾਕੀ ਇਲਾਕਿਆਂ ਨੂੰ ਮੁਤਲਕ ਦੱਸਣ, ਬਾਕੀ ਇਹ ਦੱਸਣ ਕਿ ਅੱਗੇ ਬਲਦਿਆਤੀ ਇੰਤਖਾਬਾਤ ਤੇ ਇਸ ਨੇ ਹਿੱਸਾ ਕਿਨ ਸਨ ਜਾਣੀ ਕਿਨੇ, ਬਾਕੀ ਇਹਨਾਂ ਨਾਲ ਗੱਲਬਾਤ ਕਰਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਆ? ਠੀਕ ਹੋ ਨਾ? ਖੈਰੀਅਤ, ਤੁਸੀਂ ਠੀਕ ਹੋ? ਹਾਂਜੀ, ਅੱਲਾ ਸ਼ੁਕਰ ਆ ਜਨਾਬ। ਸਾਰਿਆਂ ਨੂੰ ਪਹਿਲਾਂ ਸ਼ੁਕਰੀਆ ਤੁਹਾਨੂੰ ਆਪਣਾ ਕੀਮਤੀ ਟਾਈਮ ਅਸਾਂ ਦਿੱਤਾ, ਉਸ ਤੋਂ ਬਾਅਦ ਜਨਾਬ ਤੁਸੀਂ ਆਪਣੇ ਮੁਤਲਕ ਥੋੜ੍ਹੀ ਮਾਲੂਮਾਤ ਦੱਸੋ, ਉਸ ਤੋਂ ਬਾਅਦ ਇਲਾਕੇ ਨੇ ਮੁਤਲਕ, ਬਾਕੀ ਅੱਗੇ ਬਲਦਿਆਤੀ ਇੰਤਖਾਬਾਤ ਆ ਜਿਹੜੇ ਇਸ ਨੇ ਹਵਾਲੇ ਨਾਲ ਤੁਹਾਨੂੰ ਤੁਹਾਡਾ ਦੱਸੋ ਜੇ ਜੁਣੋ ਹਿੱਸਾ ਕਿਨ ਸੋ ਜਾਣੀ, ਪਹਿਲਾਂ ਤੁਸੀਂ ਆਪਣਾ ਸ਼ਾਰੇ ਦਾ ਮੁਸਾ ਦੇ ਤਾਰਫ ਕਰਾਸੋ, ਬਾਕੀ ਅੱਗੇ ਜੁੜੋ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਬੜੀ ਅਹਿਮ ਸ਼ਖਸੀਅਤ ਸਾਡੀ ਜ਼ਿਲ੍ਹੇ ਕੋਟਲੀ ਨੇ ਵਫਾਤ ਪਾਈ ਗਏ, ਮੈਂ ਉਹਨਾਂ ਨਾਲ ਤਾਜ਼ੀਅਤ ਕਰਨਾ, ਅਫਸੋਸ ਕਰਨਾ। ਅੱਲਾ ਉਸ ਇਕਬਾਲ ਸਿਕੰਦਰ ਸਾਹਿਬ ਜ਼ਿਲ੍ਹਾ ਚੇਅਰਮੈਨ ਰਹੇ, ਅਤੇ ਕੋਈ ਰੱਟੇ ਨਹੀਂ, ਬੜੀ ਅਹਿਮ ਸ਼ਖਸੀਅਤ ਜ਼ਿਲ੍ਹੇ ਕੋਟਲੀ ਨੇ, ਬੜੀ ਅਹਿਮ ਸ਼ਖਸੀਅਤ ਸਾਡੇ ਸੰਗੀ ਸੇ, ਅਤੇ ਮੈਂ ਉਹਨਾਂ ਵਾਸਤੇ ਦੁਆ ਕਰਨਾ ਕਿ ਅੱਲਾ ਉਹਨੇ ਜੰਨਤ ਫਰਦੋਸ ਆਲਾ ਮੁਕਾਮ ਅਤਾ ਫਰਮਾਏ। ਉਸ ਤੋਂ ਬਾਅਦ ਮੈਂ ਤੁਸਾਂ ਨੂੰ ਸ਼ੁਕਰੀਆ ਅਦਾ ਕਰਨਾ ਜਿਹੜੇ ਤੁਸੀਂ ਇੱਥੇ ਮਾੜੇ ਘਰ ਆਏ ਹੋ। ਬਾਕੀ ਹੈ ਜੀ ਕਿ ਇਤਰਾਜ਼ ਰਹਿਣਾ ਸਿੰਘ ਜੀ, ਤਾਂ ਇਹ ਜ਼ਮੀਨ ਹੀ ਜਿਹੜੀ ਸਾਡੀ ਇੱਥੇ ਜਿੱਥੇ ਮਕਾਨ ਬਣਾਇਆ ਹੈ, ਅਬਾਈ ਅਸਾਂ ਖਰੀਦੀ ਨਹੀਂ ਬਲਕਿ ਪਿਓ ਦਾਦਿਆਂ ਸਾਡੀ ਜੱਦੀ ਜਾਇਦਾਦ ਹੀ। ਭਾਈ ਹਾਂ ਅਸਾਂ, ਬੜੇ ਭਾਈ ਅਕਰਮ ਸਾਹਿਬ ਉਹ ਕੁਤਰਾਸ ਰਹਿਣੇ, ਅਤੇ ਉਸ ਤੋਂ ਉਹਨਾਂ ਤੋਂ ਛੋਟੇ ਭਾਈ ਅਜੀ ਯਾਕੂਬ ਸਾਹਿਬ ਉਹ ਇੰਗਲੈਂਡ ਹੈ। ਇਹ ਸਾਰਾ ਕੁਝ ਅੱਲਾ ਦੀ ਮਿਹਰਬਾਨੀ ਹੈ, ਤਾਂ ਉਹਨਾਂ ਦੀ ਮਿਹਨਤ ਦਾ ਨਤੀਜਾ ਜਿਹੜਾ ਅੱਜ ਜੋ ਕੁਝ ਵੀ ਆ ਸਹਿ ਆ ਉਹਨਾਂ ਨੇ ਵਜ੍ਹਾ ਹੋਇਆ। ਬਾਕੀ ਪਹਿਲਾਂ ਕੋਈ ਇੱਥੇ ਸਾਨੂੰ ਹੋਇਆ ਮਕਾਨ ਬਣਾਇਆ ਨੇ, ਗਰਮੀਆਂ 'ਚ ਇੱਧਰ ਅਸ਼ਨੇਰੇ, ਸਰਦੀਆਂ 'ਚ ਬਜ਼ੁਰਗ ਸਾਡੇ ਵਾਲਦ ਸਾਹਿਬ ਉਹ ਸਰਦੀਆਂ ਖਤਰਾਸ ਜਾਣੇ ਠੀਕ ਰਹੇ, ਲੇਕਿਨ ਇਹ ਆ ਕੇ ਹੁਣ ਜਿਹੜਾ ਨਾ ਉਹ ਮੈਂ ਕੋਈ 2-3 ਮਹੀਨੇ ਹੋਏ ਇੱਥੇ ਸ਼ਿਫਟ ਹੋਇਆ ਵਾਂ, ਅਤੇ ਹੁਣ ਪੱਕੇ ਅਸਾਂ ਇੱਥੇ ਚੋਚ ਹੀ ਰਹਿੰਦੇ ਹਾਂ। ਜਮੀਆਂ ਗੱਲ ਦੱਸੋ, ਇਲਾਕਿਆਂ ਚੇਅਰਮੈਨ ਹੀ ਰਹੇ, ਐਜ਼ ਅ ਚੇਅਰਮੈਨ ਆਪਣੇ ਇਲਾਕੇ ਦਾ ਕਿਆ ਕੋਈ ਕੰਮਕਾਜ ਕੀਤੇ? ਐਜ਼ ਅ ਚੇਅਰਮੈਨ ਮੈਂ ਆਪਣੀ ਵਸਾਤ ਦੇ ਮੁਤਾਬਕ ਜਿਹੜਾ ਨਾ ਉਹ ਸਭ ਤੋਂ ਪਹਿਲੇ ਤਾਂ ਮੈਂ ਇਸ ਮਾੜੇ ਹਲਕੇ ਨੇ ਜਿਹੜੇ ਲੋਕ ਹੈ ਮੈਂ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਮੇਕੀ 3 ਦਫਾ ਜਿਹੜਾ ਨਾ ਉਹ ਲੋਕਲ ਕੌਂਸਲ ਨੂੰ ਮੈਂਬਰ ਬਣਾਇਆ, ਔਰ 3 ਦਫਾ ਜੋ ਹੈ ਨਾ ਉਹ ਮੈਂ ਚੇਅਰਮੈਨ ਬਣਿਆ, ਮੈਂਬਰ ਬਿਲਾ ਮੁਕਾਬਲਾ ਅੱਗੇ ਚੇਅਰਮੈਨ ਬਣਿਆ। ਉਸ ਤੋਂ ਬਾਅਦ ਇਲਾਕੇ ਨੇ ਕੰਮ ਕਾਜ ਨੇ ਆਪਣੇ ਵਸਾਤ ਦੇ ਮੁਤਾਬਕ ਜੋ ਕਰਾਈ ਸਕਣੇ ਸੀ ਕਰਾਏ। ਇੱਕ ਤਾਂ ਜਿਹੜੀ ਹੈ ਨਾ ਇੱਥੋਂ ਚੋਚ ਤੋਂ ਖਤਰਾਸ ਸੜਕ ਖੜੀ ਪੱਕੀ ਤਕਰੀਬਨ 6-7 ਕਿਲੋਮੀਟਰ ਹੀ ਜਿਹੜੀ ਡਗਾਰ ਨਾਲ ਲੱਗਣੀ ਜਾਈ, ਅਤੇ ਉਹ ਰਾਜੇ ਫਜ਼ਲਾਲ ਸਾਹਿਬ ਅੱਲਾ ਉਹਨਾਂ ਦੀ ਜੰਨਤ ਫਰਦੋਸ ਸੀ ਆਲਾ ਮੁਕਾਮ ਅਤਾ ਫਰਮਾਇਆ, ਉਹਨਾਂ ਰੱਖੀ ਸੀ, ਅਤੇ ਬਾਅਦ ਵਿੱਚ ਫਿਰ ਉਹ ਫੋਤ ਹੋ ਗਏ, ਅਤੇ ਬਾਅਦ ਵਿੱਚ ਬਣਤੀ ਉਸ ਨਾਲ ਕਾਫੀ ਲੰਬਾ ਪ੍ਰੋਸੈਸ ਆ, ਟੈਂਡਰ ਲੱਗਣੇ ਰਹੇ, ਹਕੂਮਤ ਹੋਰ ਆਈ ਗਈ, ਕੈਂਸਲ ਹੋਣੇ ਰਹੇ, ਉਸਨੇ ਵਿੱਚ ਫਿਰ ਬਾਅਦ ਹੀ ਰਾਜਾ ਨਸੀਰ ਸਾਹਿਬ ਜਿਹੜਾ ਨਾ ਉਹ MLA ਸੀ ਜਿਸ ਵੇਲੇ ਇਸ ਨਾਲ ਟੈਂਡਰ ਲੱਗੇ, ਅਤੇ ਉਹਨਾਂ ਨੇ ਬੜੀ ਕੋਸ਼ਿਸ਼ ਸੀ ਇਸ ਵਿੱਚ। ਹੁਣ ਇਸ ਵਾਰ ਦਫਾ ਜਿਹੜਾ ਨਾ ਉਹ ਅਸਾਂ ਆਪਣੇ ਗੁਲਾਰ ਸ਼ਰੀਫ ਵਾਲਿਆਂ ਨੇ ਸਰਬਰਾਹੀ ਵਿੱਚ ਔਰ ਉਹਨਾਂ ਨੇ ਤਾਮਨ ਨਾਲ ਇਸਲਾਮੀ ਯੂਨੀਵਰਸਿਟੀ ਬਣਵਾਉਣੇ ਪਏ ਹਨ, ਜਿਸ ਨੇ ਵਿੱਚ ਹਾਜੀ ਯਾਕੂਬ ਸਾਹਿਬ ਬੜੇ ਭਾਈ ਹੈ ਮਾੜੇ ਜਿਹੜੇ, ਉਹਨਾਂ ਨੇ ਬੜਾ ਰੋਲ ਆ ਉਸਨੇ ਵਿੱਚ, ਉਹ ਬਣਾਉਣੇ ਪਏ ਖਤਰਾਸ ਪ੍ਰਾਇਮਰੀ ਸਕੂਲ ਬਣਵਾਇਆ। ਉਸ ਤੋਂ ਬਾਅਦ ਜਿਹੜਾ ਨਾ ਉਹ ਹੋਰ ਵੀ ਜਿਹੜਾ ਨਾ ਮਤਲਬ ਆਪਣੇ ਇਲਾਕੇ ਨੇ ਕੰਮ ਕਰਾਏ, ਯੂਨੀਅਨ ਕੌਂਸਲ ਦੇ ਅੰਦਰ ਕਰਾਏ, ਛੋਚ ਤੋਂ ਚਮੇੜੀ ਸੜਕ ਬਣਵਾਈ, ਛੋਚ ਤੋਂ ਬਲੋਠੀਆਂ ਸੜਕ ਬਣਵਾਈ, ਬਲੋਠੀਆਂ ਤੋਂ ਜੰਡਾਲਾ ਸੜਕ ਬਣਵਾਈ। ਉਸਨੇ ਵਿੱਚ ਹੋਰ ਵੀ ਮਾੜੇ ਸਾਥੀ ਹੈ ਨਾ ਜਿਹੜੇ ਉਹ ਨਾਲ ਸੇ, ਛੋਚ ਤੋਂ ਬਡੇਰੀ ਸੜਕ ਬਣਵਾਈ, ਹੋਰ ਵੀ ਇਲਾਕੇ ਨੇ ਕੰਮ ਜਿਹੜੇ ਆਪਣੀ ਵਸਾਤ ਦੇ ਮੁਤਾਬਕ ਕਰਾਏ, ਅੱਲਾ ਕਬੂਲ ਕਰੇ। ਸਾਨੂੰ ਇਹ ਗੱਲ ਦੱਸੋ ਕਿ ਬਲਦਿਆਤੀ ਇੰਤਖਾਬਾਤ ਦੀ ਕਿਤਨੇ ਦਫ਼ਾ ਹਿੱਸਾ ਕਿੰਦਾ, ਤਾਂ ਉਸ ਦੇ ਨਾਲ ਇਹ ਦੱਸਿਆ ਚਲੋ ਕਿ ਬਲਦਿਆਤੀ ਇੰਤਖਾਬਾਤ ਨੇ ਬਾਰੇ ਕੀ ਕੁਝ ਸਾਡੇ ਨਾਜ਼ਰੀਨ ਨੂੰ ਨਹੀਂ ਪਤਾ ਬਲਦਿਆਤੀ ਇੰਤਖਾਬਾਤ ਕਿਆ ਹੋਣੇ ਆ, ਨਾਲ ਇਹ ਵੀ ਦੱਸਣੇ ਚਲੋ ਕਿ ਬਲਦਿਆਤੀ ਇੰਤਖਾਬਾਤ ਕਿਆ ਹੋਣੇ ਆ, ਅਤੇ ਨਾਲ ਉਸਨੂੰ ਕਿੰਨੇ ਦਫ਼ਾ ਉਸਨੇ ਹਿੱਸਾ ਕਿੰਦਾ? ਮੈਂ 3 ਦਫਾ ਬਲਦਿਆਤੀ ਇਲੈਕਸ਼ਨ ਲੜਿਆ, ਚੇਅਰਮੈਨ ਵੀ ਬਣਿਆ। ਬਲਦਿਆਤੀ ਇਲੈਕਸ਼ਨ ਇਹ ਹੋਣਾ ਕਿ
ਜਿਹੜੀ ਲੀਡਰਸ਼ਿਪ ਹੀ ਇਹ ਬਲਦਿਆਤੀ ਨੁਮਾਇੰਦਿਆਂ ਤੋਂ ਜਿਹੜੀ ਆ ਨਾ ਉਹ ਪੈਦਾ ਹੋਣੀ ਬਲਦਿਆਤੀ ਇਲੈਕਸ਼ਨ ਹੋਣੇ ਰਹਿਣ ਤਾਂ ਇਲਾਕੇ ਨੇ ਕੰਮ ਜਿਹੜੇ ਨਾ ਉਹ ਇਸ ਲਿਹਾਜ਼ ਨਾਲ ਜਿਹੜੇ ਨਾ ਉਹ ਆਸਾਨੀ ਨਾਲ ਆਉਣੇ ਕਿ ਲੋਕਾਂ ਨਾਲ ਨੁਮਾਇੰਦੇ ਆਪਣੇ ਤੱਕ ਜਾਣਾ ਮਿਲਣਾ ਬੜਾ ਆਸਾਨ ਆਉਣਾ ਅਤੇ ਬਾਕੀ ਅਸਾਂ ਉਹਨਾਂ ਦਾ ਇੱਥੇ ਜਿਹੜਾ ਮੈਂਬਰ ਅਸੈਂਬਲੀ ਰਿਹਾ ਰਾਜਾ ਨਸੀਰ ਮਨਿਸਟਰ ਰਿਹਾ ਉਸ ਨਾਲ ਵੀ ਲੋਕਾਂ ਨਾਲ ਮਿਲਣਾ ਬੜਾ ਆਸਾਨ ਹੈ ਸਭ ਉਸ ਬੜਾ ਜਿਹੜੇ ਕੋਈ ਦੋ ਦਿਹਾੜੇ ਰੱਖੇ ਸੀ ਕਾਰ ਰੱਖੇ ਉਸਨੇ ਉਹਨਾਂ ਪਰ ਲੋਕ ਜਾਣੇ ਸੀ ਮਿਲਣੇ ਸੀ ਆਜ਼ਾਦੀ ਨਾਲ ਮਿਲਣੇ ਸੀ ਅਤੇ ਅੱਜ ਵੀ ਇਹੀ ਗੱਲ ਹੀ ਬਹਰਹਾਲ ਇਹ ਆ ਕਿ ਬਲਦਿਆਤੀ ਨੁਮਾਇੰਦਿਆਂ ਨੇ ਥਰੂ ਕੰਮ ਜਿਹੜੇ ਨਾ ਇਲਾਕੇ ਨੇ ਆਸਾਨ ਕੰਮ ਹੋ ਸਕਣਾ ਆਸਾਨੀ ਨਾਲ ਇਹ ਲੋਕ ਮਿਲ ਹੀ ਸਕਣੇ ਅਤੇ ਬਲਦਿਆਤੀ ਇਲੈਕਸ਼ਨ ਹਕੂਮਤ ਐਲਾਨ ਕੀਤਾ ਹੈ ਇਹ ਆ ਕਿ ਜਮਾਤੀ ਇਲੈਕਸ਼ਨ ਐਲਾਨ ਕੀਤਾ ਨੇ ਜਮਾਤ ਜੋ ਫੈਸਲਾ ਕਰ ਸੀ ਅਗਰ ਮਾੜੇਪੁਰ ਜਮਾਤ ਫੈਸਲਾ ਕਰਨੀ ਤਾਂ ਮੈਂ ਮੋਸਟ ਵੈਲਕਮ ਹੋਰ ਜਮਾਤ ਤੋਂ ਹਟੀ ਦਾ ਦੋਸਤ ਜਿਹੜੇ ਇੱਥੇ ਇਲਾਕੇ 'ਚ ਉਹਨਾਂ ਨਾਲ ਵੀ ਬੇਈ ਤਾਂ ਸੀਟਿੰਗ ਕਰ ਸਾਂ ਮੀਟਿੰਗ ਕਰ ਸਾਂ ਅਤੇ ਜੇ ਮਾੜੇਪੁਰ ਅਸ਼ਨੇ ਤਾਂ ਠੀਕ ਨਹੀਂ ਤਾਂ ਕਿਸੇ ਹੋਰ ਸਪੁਰ ਜਿਸਪੁਰ ਅਸ਼ਨੇ ਮੈਂ ਵੀ ਹਾਜ਼ਰ ਹਾਂ ਕੋਈ ਐਸੀ ਗੱਲ ਨਹੀਂ ਅਤੇ ਬਹਰਹਾਲ ਇਹ ਆ ਕਿ ਇਹ ਤਾਂ ਕੋਈ ਡੇਟ ਮੁਕਰਰ ਕਰ ਸਨ ਜਾਂ ਸ਼ੈਡੂਲ ਨਾਲ ਐਲਾਨ ਹੋ ਸੀ ਤਾਂ ਉਸ ਤੋਂ ਬਾਅਦ ਫਿਰ ਤਾਂ ਕਿਹਾ ਜਾ ਸੀ ਬੇਕਾਰ ਆਉਣਾ ਦੱਸੋ ਕਿ ਸਿਆਸਤ ਨਾਲ ਤੁਸੀਂ ਸਿਆਸਤ ਨਾਲ ਨਾਲ ਤੁਸੀਂ ਇਲਾਕੇ ਦੇ ਅੰਦਰ ਖੇਲਾਂ ਔਰ ਤਾਲੀਮ ਨਾਲ ਕਿਆ ਰੁਝਾਨ ਪਿਆ ਜਾਣਾ ਤਾਲੀਮ ਨਾਲ ਜੋ ਰੁਝਾਨ ਆ ਉਹ ਵੀ ਅੱਛਾ ਸਾਡੇ ਏਰੀਏ ਨੇ ਅੰਦਰ ਅੱਛੇ ਮਾੜਾ ਬੇਟਾ ਲਾ ਗ੍ਰੈਜੂਏਟ ਆ ਵਕੀਲ ਸਰ ਮੀਰਪੁਰ ਕਾਲਕ ਦਾ ਸਾ ਅੱਜ ਕੱਲ੍ਹ ਐਡੀਸ਼ਨਲ ਸੈਕਟਰੀ ਆ ਮੁਜ਼ੱਫਰਾਬਾਦ ਆਉਣਾ ਅਤੇ ਪੰਜਾਬ ਮਾੜਾ ਉਹ ਵੀ ਵਕੀਲ ਆ ਜ਼ਿਆਰੂ ਐਡਵੋਕੇਟ ਇਸ ਤਰ੍ਹਾਂ ਨੇ ਹੋਰ ਵੀ ਸਾਡੇ ਇੱਥੇ ਜਿਹੜਾ ਨਾ ਉਹ ਅੱਛੇ ਪੜ੍ਹੇ ਲਿਖੇ ਬੇਟੇ ਆਪਣੇ ਹੀ ਬੱਚੇ ਉਹ ਹਾਂ ਇਹ ਗੱਲ ਦੱਸੋ ਕਿ ਇਸ ਇਲਾਕੇ ਦੇ ਅੰਦਰ ਜਿਹੜੀਆਂ ਮਸ਼ਹੂਰ ਕੋਈ ਸ਼ਖਸੀਅਤ ਆ ਉਹਨਾਂ ਚਾਹੁੰਦਾ ਕਿ ਕੋਈ ਨਾਂ ਦੱਸਿਓ ਜਿਹੜੇ ਤਾਂ ਮਸ਼ਹੂਰ ਬੰਦੇ ਇਸ ਇਲਾਕੇ ਦੇ ਅੰਦਰ ਸਾਡੇ ਭਾਈ ਹੈ ਜੀ ਰਾਜਾ ਮੁਨਸ਼ੀ ਖਾਨ ਬੜੀ ਸ਼ਖਸੀਅਤ ਹੈ ਉਹ ਹਸਪਤਾਲ ਵੀ ਉਹਨਾਂ ਜਿਹੜਾ ਨਾ ਉਹ ਸੈਂਸਾ ਬਣਵਾਇਆ ਆਪਣੀ ਗੇਰਾ ਤੋਂ ਆਪਣੇ ਖਰਚੇ ਪਰ ਬਿਲਡਿੰਗ ਬਣਵਾਈ ਨੇ ਉਸ ਤੋਂ ਬਾਅਦ ਦੋਸਤ ਹੈ ਮਾੜੇ ਚੇਅਰਮੈਨ ਸਪਤੇਨ ਸਾਹਿਬ ਹੈ ਉਹ ਵੀ ਚੇਅਰਮੈਨ ਰਹੇ ਮੈਂਬਰ ਜ਼ਿਲ੍ਹਾ ਕੌਂਸਲ ਵੀ ਰਹੇ ਸੈਕਟਰੀ ਅਸਲਮ ਸਾਹਿਬ ਹੈ ਰਾਜਾ ਮੁਸ਼ਤਾਕ ਸਾਹਿਬ ਹੈ ਹੋਰ ਬੜੋਠੀਆਂ ਤੋਂ ਮਹਿਬੂਬ ਹੈ ਮੈਂਬਰ ਕਮਾਲ ਸਾਹਿਬ ਹੈ ਮੈਂਬਰ ਮਹਿਬੂਬ ਸਾਹਿਬ ਹੈ ਆਸਨ ਆਪਣੇ ਅਜ਼ੀਜ਼ ਹੈ ਮੈਂਬਰ ਰਿਆਜ਼ ਸਾਹਿਬ ਹੈ ਉਸ ਤੋਂ ਬਾਅਦ ਹੈ ਸਾਡੇ ਡਿਵੀਜ਼ਨ ਡਾਇਰੈਕਟਰ ਹੈ ਫਿਆਜ਼ ਸਾਹਿਬ ਮੀਰਪੁਰ ਹੈ ਅੱਜ ਕੱਲ੍ਹ ਇਸ ਤਰ੍ਹਾਂ ਨੇ ਬੇਸ਼ੁਮਾਰ ਸਾਡੇ ਇੱਥੇ ਵਕੀਲ ਹੈ ਸਾਡੇ ਮੁੰਡੇ ਦੋ ਉਹ ਵੀ ਇੰਗਲੈਂਡ ਗਏ ਠੀਕ ਲਿਖਣ ਆ ਕੇ ਰਾਜਾ ਪੁੰਨੂ ਆ ਉਸਨੇ ਬੱਚਾ ਆ ਉਸ ਤੋਂ ਬਾਅਦ ਇੱਕ ਹੋਰ ਸਾਡਾ ਮਾੜਾ ਆਪਣਾ ਅਜ਼ੀਜ਼ ਹੀ ਆ ਖਤਰਾਸ ਤੋਂ ਸਰੂਪ ਨੂੰ ਬੱਚਾ ਆ ਇਸ ਤਰ੍ਹਾਂ ਨੇ ਅੱਲਾ ਦੀ ਮਿਹਰਬਾਨੀ ਨਾਲ ਠੀਕ ਸਾਡਾ ਮਾੜਾ ਭਤੀਜਾ ਆ ਅਮਜਦ ਉਹ ਵੀ ਸਿਆਸੀ ਲਿਹਾਜ਼ ਨਾਲ ਬੜਾ ਜਿਹੜਾ ਨਾ ਉਹ ਅੱਛਾ ਉਸ ਨੂੰ ਇਸ ਤਰ੍ਹਾਂ ਨੇ ਅਸਾਂ ਨੇ ਅੱਛੇ ਖਾਸੇ ਮਾਸਟਰ ਹੈ ਸਾਡੇ ਇੱਥੇ ਮਕਾਮੀ ਹੈ ਜਿਹੜੇ ਇੱਥੇ ਹਾਈ ਸਕੂਲ ਵਿੱਚ ਆਉਣੇ ਹੋਰ ਬੇਸ਼ੁਮਾਰ ਅੱਛੇ ਲੋਕ ਹੈ ਸਾਡੇ ਅੱਲਾ ਦੀ ਮਿਹਰਬਾਨੀ ਨਾਲ ਆਪ ਸਾਡੇ ਤਕਣੇ ਭੈਣਾਂ ਭਰਾ ਜਿਹੜੇ ਬਿਰਾਉਣੇ ਮੁਲਕ ਉਹਨਾਂ ਕੀ ਜਾਂ ਜਿਹੜੇ ਇੱਥੇ ਪਾਕਿਸਤਾਨ ਹੈ ਬਾਕੀ ਜਿਹੜੇ ਮੁਲਕਾਂ ਦੀ ਤਕਣੇ ਪਿਆਉਣੇ ਕਿਆ ਪਿਆਉਂਦੇ ਮੈਂ ਜਿਹੜੇ ਵੀ ਤਕਣੇ ਪਏ ਇਸ ਵੀਡੀਓ ਕੀ ਮੈਂ ਉਹਨਾਂ ਕੀ ਇਹ ਪੈਗਾਮ ਦੇਣਾ ਚਾਹੁੰਦਾ ਕਿ ਇਨਸਾਨੀ ਦੁਨੀਆ ਹੀ ਇਨਸਾਨੀ ਦੁਨੀਆ ਦੇ ਅੰਦਰ ਬੰਦੇ ਤੋਂ ਗਲਤੀਆਂ ਮਲਤੀਆਂ ਵੀ ਆਉਣੀਆਂ ਠੀਕ ਹੈ ਮੈਂ ਤੁਸੀਂ ਸਾਰਿਆਂ ਲੋਕਾਂ ਕੀ ਇਹ ਗੱਲ ਆਖ ਸਕਾਂ ਕਿ ਅੱਛੇ ਕੰਮ ਕਰੋ ਅੱਛੇ ਕੰਮ ਕਰਨੇ ਨਹੀਂ ਅੱਲਾ ਤੋਫੀਕ ਦਾ ਤੁਸੀਂ ਸਾਰਿਆਂ ਹੀ ਮਾੜੇ ਸਮੇਤ ਅਤੇ ਇਹ ਆ ਕਿ ਜ਼ਿੰਦਗੀ ਬੰਦੇ ਦੀ ਨਾ ਕੋਈ ਪਤਾ ਨਹੀਂ ਅਰਜ਼ੀ ਜ਼ਿੰਦਗੀ ਹੈ ਅਤੇ ਜੋ ਅੱਛਾਈ ਹੋ ਸਕਣੀ ਕਰੋ ਬੁਰਾਈ ਤੋਂ ਬਚੋ ਤੋ ਜਿਹੜੇ ਬਾਹਰੋਂ ਮੁਲਕ ਹੈ ਉਹਨਾਂ ਕੀ ਇਹ ਗੱਲ ਆਖ ਸਕਾਂ ਕਿ ਆਪਣੇ ਇਲਾਕੇ ਨਾਲ ਪਿਆਰ ਕਰੋ ਆਪਣੇ ਇਲਾਕੇ ਨਾਲ ਖਿਆਲ ਰੱਖੋ ਅਸਲ ਜਿਹੜਾ ਮੁਲਕ ਆ ਤੁਸਾਂ ਨਾ ਉਹ ਇਹ ਆ ਪਾਕਿਸਤਾਨ ਆਜ਼ਾਦ ਕਸ਼ਮੀਰ ਅਤੇ ਇਸ ਵਾਸਤੇ ਇਹ ਆ ਕਿ
ਉਹਨਾਂ ਕੀ ਇਹ ਪੈਗਾਮ ਦੇ ਸਾਂ ਕਿ ਆਪਣੇ ਪਿੱਛੇ ਜਿਹੜੇ ਤੁਸਾਂ ਨੇ ਭੈਣਾਂ ਭਰਾ ਹੈ ਉਹਨਾਂ ਨਾਲ ਹੀ ਖਿਆਲ ਰੱਖੋ, ਉਹਨਾਂ ਨਾਲ ਜਿਹੜਾ ਨਾ ਉਹ ਰਾਬਤੇ ਵਿੱਚ ਰਹੋ, ਇਸੇ ਵਿੱਚ ਤੁਸਾਂ ਨੇ ਵੀ ਬਿਹਤਰੀ ਹੈ, ਬੱਚੇ ਤੁਸਾਂ ਨੇ ਉਹਨਾਂ ਕੀ ਅੱਗੇ ਤਰਬੀਅਤ ਦਿਓਗੇ, ਅਸਾਂ ਕਿਸ ਤਰ੍ਹਾਂ ਰਹਿਣੇ ਕਿੱਥੇ ਹਾਂ, ਕਿਆ ਸਾਡਾ ਕਲਚਰ ਕਿਆ, ਇੱਥੇ ਜਿਹੜੇ ਮੁਕਾਮੀ ਬੰਦੇ ਇੰਨਾ ਕੀ ਵੀ ਮਾੜੀ ਤਰਫੋਂ ਇਹ ਪੈਗਾਮ ਆ ਕਿ ਅੱਛਾਈ ਦੇ ਤਰਫ ਜਾਓ, ਬੁਰਾਈ ਤੋਂ ਬਚੋ, ਅਤੇ ਆਪਣੇ ਇਲਾਕੇ ਵਾਸਤੇ ਵੀ ਹਰ ਲਿਹਾਜ਼ ਨਾਲ ਕੋਸ਼ਿਸ਼ ਕਰੋ ਅੱਛੇ ਕੰਮ ਕਰਨੇ ਨਹੀਂ, ਬੁਰਾਈ ਤੋਂ ਬਚੋ ਜੀ। ਜਜ਼ਾਕਅੱਲਾ ਹੈ ਜੀ। ਬਾਕੀ ਉਮੀਦ ਕਿ ਤੁਸੀਂ ਸਾਡੀ ਜਿਹੜੀ ਵੀਡੀਓ ਪਸੰਦ ਆਈ, ਅਸੀਂ ਚਿਣਗੇ ਨਵੇਂ ਭੈਣਾਂ ਜਿਹੜੇ ਭੈਣਾਂ ਭਰਾ ਲਾਜ਼ਮੀ ਸਬਸਕ੍ਰਾਈਬ ਕਰੀਨੇ, ਵੀਡੀਓ ਕੀ ਸ਼ੇਅਰ ਕਰਿਆ, ਘੰਟੀ ਨੇ ਬਟਨ ਨਹੀਂ ਦੱਬੀ ਤਾਂ ਕਿ ਅਗਲੀ ਸ਼ੀਨ ਵੀਡੀਓ ਨੋਟੀਫਿਕੇਸ਼ਨ ਤੁਸੀਂ ਲੱਭੀ ਜਾਏ। ਇਨਸ਼ਾ ਅੱਲਾ ਅਗਲੀ ਵੀਡੀਓ ਮੁਲਾਕਾਤ, ਤੁਸੀਂ ਆਪਣੀ ਖੁਸ਼ੀ ਦੁਆ ਯਾਦ ਰੱਖੋ, ਤਾਂ ਅੱਲਾ ਸੁਣਨ ਵਾਲਾ।